ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਲੀਵਿਜ਼ਨ ਅਤੇ ਮੈਂ ਯੋਗੇਸ਼ ਗੁਰਨਾ। ਸੋ ਜਨਾਬ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਫਿਲਮ ਇੰਡਸਟਰੀ ਦੀ ਹਰ ਤਾਜ਼ਾ ਤਰੀਨ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਬਾਲੀਵੁੱਡ ਦੇ ਨਾਲ ਨਾਲ ਹੁਣ ਆਪਾਂ ਤੁਹਾਨੂੰ ਗਰਮਾ ਗਰਮ ਖਬਰ ਦੱਸਣ ਜਾ ਰਹੇ ਹਾਂ ਜੀ ਬਾਲੀਵੁੱਡ ਦੀ। ਬਾਲੀਵੁੱਡ ਦੇ ਵਿੱਚ ਇੱਕ ਜ਼ਬਰਦਸਤ ਫਿਲਮ ਅਨਾਊਂਸ ਹੋਈ ਹੈ ਜੀ। ਫਿਲਮ ਦਾ ਨਾਂ ਹੈ ਦ ਸੁਪਰ ਸਿਕਸ ਆਫ ਪੁਜ। ਦੋਸਤੋ, ਇਹ ਫਿਲਮ ਅਨਾਊਂਸ ਹੋਈ ਹੈ ਜੀ, ਯਾਨੀ ਕਿ ਉਹਨਾਂ 6 ਬੰਦਿਆਂ ਦੇ ਉੱਪਰ ਇਹ ਫਿਲਮ ਬਣਨੀ ਹੈ ਜੀ, ਜਿਹੜੇ 6 ਬੰਦਿਆਂ ਨੇ 1971 ਦੀ ਲੜਾਈ ਦੇ ਵਿੱਚ ਇੰਡੀਅਨ ਆਰਮੀ ਦੀ ਮਦਦ ਕੀਤੀ ਸੀ, ਲੜਾਈ ਜਿੱਤਣ ਦੇ ਵਿੱਚ ਮਦਦ ਕੀਤੀ ਸੀ ਜੀ। ਅਤੇ ਇਹ ਫਿਲਮ ਦੇ ਬਾਰੇ ਤੁਹਾਨੂੰ ਅਸੀਂ ਪੰਜਾਬੀ ਟੇਸ਼ਨ 'ਤੇ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਨੋਰਮਲੀ ਆਪਾਂ ਪੰਜਾਬੀ ਫਿਲਮਾਂ ਬਾਰੇ ਤੁਹਾਨੂੰ ਦੱਸਦੇ ਹਾਂ, ਕਿਉਂਕਿ ਇਸ ਫਿਲਮ ਦੇ ਵਿੱਚ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਐਮੀ ਵਿਰਕ ਵੀ ਆਪਣਾ ਕੈਰੈਕਟਰ ਕਰਦੇ ਹੋਏ ਨਜ਼ਰ ਆਉਣਗੇ, ਜੋ ਕਿ ਇਸ ਫਿਲਮ ਦੇ ਵਿੱਚ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣਗੇ ਜੀ। ਅਤੇ ਬਾਕੀ ਇਸ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਅਜੇ ਦੇਵਗਨ, ਸੰਜੇ ਦੱਤ, ਰਾਣਾ ਡੱਗੂਬਤੀ। ਰਾਣਾ ਡੱਗੂਬਤੀ ਉਹੀ ਨੇ ਜੀ ਜਿਨ੍ਹਾਂ ਨੇ ਬਾਹੂਬਲੀ ਫਿਲਮ ਦੇ ਵਿੱਚ ਵਿਲਨ ਦਾ ਕੈਰੈਕਟਰ ਕੀਤਾ ਸੀ। ਸੋਨਾਕਸ਼ੀ ਸਿਨਹਾ ਅਤੇ ਪਰੀਨੀਤੀ ਚੋਪੜਾ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ। ਅਤੇ ਇਹ ਜਿਹੜੇ ਕਿਰਦਾਰ ਨੇ ਜੀ, ਸੋਨਾਕਸ਼ੀ ਸਿਨਹਾ ਹੋ ਗਏ, ਸੰਜੇ ਦੱਤ ਹੋ ਗਏ, ਪਰੀਨੀਤੀ ਚੋਪੜਾ ਹੋ ਗਏ ਅਤੇ ਰਾਣਾ ਡੱਗੂਬਤੀ ਹੋ ਗਏ, ਇਹ ਚਾਰੇ ਅਸਲ ਜ਼ਿੰਦਗੀ ਦੇ ਕਿਰਦਾਰਾਂ ਤੋਂ ਪ੍ਰੇਰਿਤ ਕਿਰਦਾਰ ਨਿਭਾਉਣਗੇ ਜੀ। ਕਿਉਂਕਿ ਇਹ ਉਹੀ 4 ਕਿਰਦਾਰ ਪਲੇ ਕਰਨ ਜਾ ਰਹੇ ਨੇ ਜਿਹੜੇ 4 ਇਨਸਾਨਾਂ ਨੇ ਅਸਲ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦਾ ਰਿਸਕ ਲੈ ਕੇ 1971 ਦੀ ਲੜਾਈ ਦੇ ਵਿੱਚ ਇੰਡੀਅਨ ਆਰਮੀ ਦੀ ਮਦਦ ਕੀਤੀ ਸੀ ਜੀ। ਸੋ ਇਸ ਜ਼ਬਰਦਸਤ ਕੌਨਸੈਪਟ ਦੇ ਉੱਪਰ ਬਾਲੀਵੁੱਡ ਦੇ ਵਿੱਚ ਫਿਲਮ ਬਣਨ ਜਾ ਰਹੀ ਹੈ ਅਤੇ ਅਜੇ ਦੇਵਗਨ ਇਸ ਪੂਰੇ ਪ੍ਰੋਜੈਕਟ ਨੂੰ ਲੀਡ ਕਰ ਰਹੇ ਨੇ ਅਤੇ ਸਾਡੇ ਸੁਪਰਸਟਾਰ ਐਮੀ ਵਿਰਕ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਂਦੇ ਹੋਏ ਬਾਲੀਵੁੱਡ ਦੇ ਵਿੱਚ ਨਜ਼ਰ ਆਉਣਗੇ। ਲਓ ਜੀ, ਇੱਕ ਹੋਰ ਸਰਦਾਰ ਤਿਆਰ ਹੈ ਜੀ ਬਾਲੀਵੁੱਡ ਦੇ ਵਿੱਚ ਧੂਮਾ ਪਾਉਣ ਦੇ ਲਈ। ਫਿਲਮ ਦਾ ਨਾਂ ਹੈ ਜੀ ਦ ਸੁਪਰ ਸਿਕਸ ਆਫ ਪੁਜ, ਯਾਨੀ ਕਿ ਫਿਲਮ ਬਣ ਰਹੀ ਹੈ ਜੀ 1971 ਦੀ ਲੜਾਈ ਦੇ ਉੱਪਰ, ਬੇਸਡ ਕਿੱਸੇ ਦੇ ਉੱਪਰ ਜੀ। ਸੋ ਲਓ ਜੀ, ਇਹ ਫਟਾਫਟ ਅਪਡੇਟ ਆਪਾਂ ਤੁਹਾਨੂੰ ਸਾਂਝੀ ਦੇ ਦਿੱਤੀ ਹੈ ਜੀ। ਸੋ ਤੁਸੀਂ ਫਟਾਫਟ ਹੁਣ ਇੱਕ ਕੰਮ ਕਰਨਾ, ਸਾਡਾ ਚੈਨਲ ਸਬਸਕ੍ਰਾਈਬ ਕਰ ਦੇਣਾ ਜੀ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।